ਜਦੋਂ ਹਿੰਦੂਆਂ ਦਾ ਤਿਲਕ ਤੇ ਜੰਜੂ ਨੂੰ ਖਤਰਾ ਪੈ ਗਿਆ, ਸਵਾ ਸਵਾ ਮਾਂ ਜੰਜੂ ਲੈਣ ਲੱਗੇ, ਮੰਦਰਾਂ ਦੀ ਉਸ ਵੇਲੇ ਤੋੜ ਭੰਨ ਕੀਤੀ ਗਈ, ਸਾਰੇ ਪੰਡਿਤ ਕੁਰਲਾਰੇ ਸਨ। ਕਸ਼ਮੀਰ ਦੇ ਪੰਡਿਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਆਪਣਾ ਦੁੱਖ ਦੱਸ ਰਿਹਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਪੰਡਿਤਾਂ ਦੀ ਫਰਿਆਦ ਮੰਨ ਕੇ ਦਿੱਲੀ ਗਏ ਸਨ, ਔਰ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨਾਲੇ ਗੱਲ ਕਰ ਗਏ ਸਨ ਕਿ ਔਰੰਗਜ਼ੇਬ ਬਾਦਸ਼ਾਹ ਤੂੰ ਇਹਨਾਂ ਹਿੰਦੁਸਤਾਨ ਦੇ ਹਿੰਦੂਆਂ ਨੂੰ ਕਿਉਂ ਮਾਰਦਾ। ਉਹਨੇ ਆਖਿਆ ਜੇ ਤੇ ਇਹਨਾਂ ਹਿੰਦੂ ਰਹਿ ਕੇ ਜੀਣਾ ਤੇ ਮੈਂ ਇਹਨਾਂ ਨੂੰ ਮਾਰਨਾ ਹੀ ਮਾਰਨਾ, ਅਗਰ ਜੇ ਮੁਸਲਮਾਨ ਬਣ ਜਾਣ ਤੇ ਮੈਂ ਨਹੀਂ ਮਾਰਾਂਗਾ। ਮਹਾਰਾਜ ਕਹਿਣ ਲੱਗੇ ਔਰੰਗਜ਼ੇਬ ਨਾਲ ਹਿੰਦੂ ਤੂੰ ਹੋ ਸਕਦਾ, ਨਾ ਇਹ ਮੁਸਲਮਾਨ ਹੋ ਸਕਦੇ ਆ। ਜਿੱਥੇ ਕੋਈ ਟਿਕਿਆ ਉਹਨੂੰ ਟਿਕਿਆ ਰਹਿਣ ਦੇ, ਰੱਬ ਦੀ ਰਜ਼ਾ ਦੇ ਵਿੱਚ ਕੋਈ ਗੱਲ ਦੇ ਵਿੱਚ ਕੋਈ ਵਿਘਨ ਨਾ ਪਾ। ਪਾਤਸ਼ਾਹ ਨਹੀਂ ਮੰਨਿਆ, ਉਹਨੇ ਆਖਿਆ ਮੈਂ ਤੁਹਾਡੀ ਕੋਈ ਗੱਲ ਨਹੀਂ ਮੰਨਣੀ, ਤੇ ਕੱਢ ਕੇ ਪੱਤਰਕਾਇਕ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਰੱਖ ਦਿੱਤੀ। ਉਹਨੇ ਆਖਿਆ ਤੁਸੀਂ ਜਾਣਦੇ ਜੇ ਕਿ ਤੁਸੀਂ ਹਿੰਦੁਸਤਾਨ ਦੇ ਹਿੰਦੂਆਂ ਦੇ ਨਾਲ ਇਹ ਸਲਾਹ ਕੀਤੀ ਆ, ਉਹ ਮੈਨੂੰ ਲਿਖ ਕੇ ਦੇ ਗਿਆ ਕਿ ਜੇ ਤੁਸੀਂ ਇਕੱਲੇ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲੋਗੇ ਨਾ, ਤੇ ਅਸੀਂ ਸਾਰੇ ਦੇ ਸਾਰੇ ਹਿੰਦੂ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ। ਜਦੋਂ 16 ਧਾਰਮਿਕ ਆਗੂਆਂ ਦੇ ਦਸਤਕ ਉਸ ਚਿੱਠੀ ਉੱਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਵੇਖੇ, ਇਹ ਮਹਾਰਾਜ ਹੱਸ ਕੇ ਕਹਿਣ ਲੱਗੇ ਵੀ ਆਓ ਫਿਰ ਮੈਨੂੰ ਬਣਾ ਕੇ ਵੇਖ ਲੋ ਮੁਸਲਮਾਨ। ਵਾਹਿਗੁਰੂ, ਮੈਂ ਤੁਹਾਡੀ ਕੋਈ ਗੱਲ ਨਹੀਂ ਜੇ ਮੰਨਣੀ। ਉਹਨਾਂ ਦੇ ਅੱਖੀਆਂ ਨੂੰ ਭਾਈ ਮਤੀ ਦਾਸ ਜੀ ਨੂੰ ਹੱਟਿਆਂ ਵਿੱਚ ਬੰਨ ਕੇ ਆਰੇ ਦੇ ਨਾਲ ਚੀਰ ਦਿੱਤਾ ਗਿਆ, ਭਾਈ ਦਿਆਲੇ ਨੂੰ ਤੇਗ ਵਿੱਚ ਉਬਾਲ ਦਿੱਤਾ ਗਿਆ, ਭਾਈ ਸਤੀ ਦਾਸ ਨੂੰ ਜਿੰਦਾ ਰੂਹ ਦੇ ਵਿੱਚ ਲਪੇਟ ਕੇ ਜਲਾ ਦਿੱਤਾ ਗਿਆ, ਤੇ ਵਾਰੀ ਆ ਗਈ ਗੁਰੂ ਤੇਗ ਬਹਾਦਰ ਸਾਹਿਬ ਦੀ। ਲੈ ਆਉਂਦਾ ਉਹਨਾਂ ਨੂੰ ਚਾਨਣੀ ਚੌਂਕ ਵਿੱਚ, ਅਸੀਂ ਤੇ ਸ਼ਹੀਦੀ ਦੀ ਗੱਲ ਕਰਦੇ ਹਾਂ, ਪਰ ਸ਼ਹੀਦ ਕਰਨ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਕਿੰਨੇ ਤਸੀਹੇ ਤੇ ਕਿੰਨੇ ਤਸ਼ੱਦਦ ਉਹਨਾਂ ਦੇ ਉੱਤੇ ਕੀਤੇ, ਕਾਜ਼ੀਆਂ ਦੀਆਂ ਰਿਪੋਰਟਾਂ ਵਿੱਚ ਲਿਖਿਆ ਮਿਲਦਾ ਕਿ ਇੱਕ ਕੋਟਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਸਮ ਤੇ ਥਾਂ ਨਹੀਂ ਸੀ, ਇੱਥੋਂ ਖੂਨ ਨਹੀਂ ਸੀ ਵਗ ਰਿਹਾ, ਕਿਉਂਕਿ ਉਹ ਪਿੰਜਰਾ ਹੀ ਐਸਾ ਬਣਾਇਆ ਸੀ ਇਹ 'ਚ ਨਾ ਮਨੁੱਖ ਲੋ ਸਕਦਾ ਸੀ ਨਾ ਬਹਿ ਸਕਦਾ ਸੀ, ਤੇ ਤਿੱਖੇ ਕੁੰਡੇ ਅੰਦਰ ਨੂੰ ਉਸ ਪਿੰਜਰੇ ਦੇ ਸਨ, ਕਿੱਧਰ ਨੂੰ ਮਹਾਰਾਜ ਪਾਸਾ ਲਾਉਂਦੇ ਸੀ ਉਹ ਕੁੰਡੇ ਖੁਬ ਖੁਬ ਕੇ ਜਮਖ ਜ਼ਖਮ ਕਰੀ ਜਾ ਰਹੇ ਸੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ, ਉਹਨਾਂ ਆਖਿਆ ਜੇ ਤੇ ਤੁਸੀਂ ਅਦਾਲਤ ਲਗਾ ਕੇ, ਉਹਨਾਂ ਆਖਿਆ ਜੇ ਤੇ ਤੁਸੀਂ ਮੁਸਲਮਾਨ ਬਣ ਕੇ ਹਿੰਦੂ ਧਰਮ ਦੀ ਹਮਾਇਤ ਛੱਡ ਦਿਓਗੇ ਤੇ ਬਚ ਜਾਓਗੇ, ਵਰਨਾ ਮਾਰ ਦਿੱਤੇ ਜਾਓਗੇ। ਮਹਾਰਾਜ ਕਹਿਣ ਲੱਗੇ ਵੀ ਮਾਰ ਦੇਣਾ ਤੇ ਕੋਈ ਸਜ਼ਾ ਨਹੀਂ, ਮਰ ਤੇ ਸਾਰਿਆਂ ਜਾਣਾ, ਨਾ ਔਰੰਗਜ਼ੇਬ ਨੇ ਰਹਿਣਾ, ਨਾ ਜਲਾਦ ਨੇ ਰਹਿਣਾ, ਨਾ ਕਾਜ਼ੀ ਨੇ ਰਹਿਣਾ, ਵੀ ਮਰ ਤੇ ਸਾਰਿਆਂ ਜਾਣਾ, ਮਾਰਨਾ ਤੇ ਕੋਈ ਸਜ਼ਾ ਨਹੀਂ, ਕੋਈ ਹੋਰ ਗੱਲ ਕਰੋ। ਉਹਨਾਂ ਆਖਿਆ ਹੁਣੇ ਪਤਾ ਲੱਗ ਜਾਏਗਾ ਸਜ਼ਾ ਹੈ ਕਿ ਨਹੀਂ ਹੈ। ਪਲਾ ਲਿਆ ਉਹਨਾਂ ਜਲਾਲੋ ਦੀ ਜਲਾਦ ਨੂੰ, ਜਿਹੜਾ ਸਮਾਣੇ ਦੇ ਰਹਿਣ ਵਾਲਾ ਸੀ, ਜਵਾਨ ਬੜਾ ਸੀ, ਜਲਾਦ ਉਹਨੂੰ ਬਣਾਇਆ ਜਾਂਦਾ ਸੀ। ਇਹਦੇ ਮਨ ਦੇ ਦਿਲ ਦਿਲ ਦੇ ਵਿੱਚ ਜਰਾ ਜਿੰਨਾ ਵੀ ਰਹਿਮ ਨਾ ਹੋਏ, ਸਾਹਮਣੇ ਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੇ, ਐਵੇਂ ਤਲਵਾਰ ਘੁਮਾ ਕੇ ਕਹਿਣ ਲੱਗਾ ਤੇਗ ਬਹਾਦਰ, ਤੇਗ ਬਹਾਦਰ ਤੁਸੀਂ ਨਹੀਂ। ਉਹਨੇ ਆਖਿਆ ਕਿਉਂ? ਉਹਨੇ ਆਖਿਆ ਤੇਗ ਬਹਾਦਰ ਉਹ ਹੁੰਦਾ ਜਿਹਦੇ ਹੱਥ ਦੇ ਵਿੱਚ ਤੇਗ ਹੋਵੇ, ਜਿਹਦੇ ਹੱਥ ਵਿੱਚ ਤਲਵਾਰ ਹੋਵੇ। ਮਹਾਰਾਜ ਕਹਿਣ ਲੱਗੇ ਨਹੀਂ ਨਹੀਂ ਜਲਾਲੋਦੀਨ, ਤੇਰੇ ਹੱਥ ਵਿਚਲੀ ਤਲਵਾਰ
ਰਾਤ ਦਾ ਜਾਦੂ ਹੋਏਗਾ ਮੇਰੇ ਖੂਨ ਦੀ ਗੰਗਾ ਵਿੱਚ ਰੁੜ ਜਾਏਗਾ ਅਬੂ ਜ਼ਫਰ ਮਹੀਉਦੀਨ ਔਰੰਗਜ਼ੇਬ ਦਾ ਤਖਤ ਔਰ ਤਾਜ ਉਹਨੂੰ ਕਹਿ ਦਿਓ ਸੰਭਾਲੇ ਜੇ ਸੰਭਾਲ ਸਕਦਾ ਤੇ ਸ਼ਾਮਾਂ ਦਾ ਵਕਤ ਸੀ ਸੂਰਜ ਡੁੱਬਣ ਵਾਲਾ ਸੀ ਆਂਦੇ ਜਲਾਦ ਨੇ ਇਉਂ ਤਲਵਾਰ ਖਿੱਚੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਉਂ ਵੇਖਿਆ ਕਾਜੀ ਨੇ ਪੁੱਛਿਆ ਤੇਗ ਬਹਾਦਰ ਕਿਸੇ ਨਾਲ ਕੋਈ ਗੱਲ ਕਰਨੀ ਚਾਹੁੰਦੇ ਜੇ ਉਹਨੇ ਆਖਿਆ ਨਹੀਂ ਮੌਲਵੀ ਸੈਫੁਦੀਨ ਨੇ ਆਖਿਆ ਅਜੇ ਵੀ ਮਕਰ ਜੇ ਸਰਕਾਰ ਦੀ ਗੱਲ ਮੰਨ ਲਓ ਛੱਡ ਦਿੱਤੇ ਜਾਓਗੇ ਵਰਨਾ ਮਾਰ ਦਿੱਤੇ ਜਾਓਗੇ ਉਹਨੇ ਆਖਿਆ ਬਿਲਕੁਲ ਮੈਂ ਮੁਸਲਮਾਨ ਬਣਨ ਨੂੰ ਤਿਆਰ ਨਹੀਂ ਮੈਂ ਆਪਣਾ ਕਦੇ ਧਰਮ ਤਬਦੀਲ ਨਹੀਂ ਕਰੂੰਗਾ ਜੋ ਜ਼ੁਲਮ ਤੁਹਾਡੇ ਹੁੰਦਾ ਉਹ ਕਰਕੇ ਵੇਖ ਲਓ ਗੁਰੂ ਕੇ ਸਿੱਖੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਉਹ ਮੌਲਵੀ ਕਹਿਣ ਲੱਗਾ ਤੇਗ ਬਹਾਦਰ ਜੇ ਸਰਕਾਰ ਦੀ ਗੱਲ ਨਹੀਂ ਮੰਨੋਗੇ ਨਾ ਤੇ ਇਹ ਸਿਰ ਲੈ ਕੇ ਮੁੜ ਕੇ ਆਨੰਦਪੁਰ ਨਹੀਂ ਜਾਓਗੇ ਜਦੋਂ ਉਹਨੇ ਇਹ ਗੱਲ ਕਹੀ ਤੇ ਗੁਰੂ ਤੇਗ ਬਹਾਦਰ ਸਾਹਿਬ ਹੱਸ ਪਏ ਇਹ ਬਾਹਰ ਖਲੋਤੇ ਲੋਕਾਂ ਵੱਲੇ ਸਤਿਗੁਰ ਨੇ ਵੇਖਿਆ ਉਸ ਭੀੜ ਦੇ ਵਿੱਚ ਇੱਕ ਬੰਦੇ ਦੀ ਨਜ਼ਰ ਗੁਰੂ ਤੇਗ ਬਹਾਦਰ ਸਾਹਿਬ ਦੀ ਪੈ ਗਈ ਨਜ਼ਰ ਪਾ ਕੇ ਨਜ਼ਰ ਗੱਡ ਕੇ ਕਹਿਣ ਲੱਗੇ ਕਾਜੀ ਕੀ ਆਖਿਆ ਜੀ ਉਹਨੇ ਆਖਿਆ ਜੇ ਸਰਕਾਰ ਦੀ ਗੱਲ ਨਹੀਂ ਮੰਨੋਗੇ ਤੇ ਸਿਰ ਲੈ ਕੇ ਆਨੰਦਪੁਰ ਨਹੀਂ ਜਾਓਗੇ ਉਹਨੇ ਆਖਿਆ ਲੈ ਫਿਰ ਹੁਣ ਜਿੰਨਾ ਤੁਹਾਡੇ ਕੋਲ ਜ਼ੋਰ ਲੱਗਦਾ ਨਾ ਲਾ ਕੇ ਵੇਖ ਲਓ ਮੇਰਾ ਜਿਹੜਾ ਸਿਰ ਔਰ ਆਨੰਦਪੁਰ ਜ਼ਰੂਰ ਜਾਏਗਾ ਇਹ ਗੱਲ ਉਸ ਭੀੜ ਵਿੱਚ ਬੰਦੇ ਦੇ ਨਾਲ ਆਪਣੇ ਅੱਖਾਂ 'ਚ ਅੱਖਾਂ ਪਾ ਕੇ ਕਰ ਦਿੱਤੀ ਗੱਲਾਂ ਬੋਲ ਕੇ ਵੀ ਹੁੰਦੀਆਂ ਗੱਲਾਂ ਲਿਖ ਕੇ ਵੀ ਹੁੰਦੀਆਂ ਗੱਲਾਂ ਤਸਵੀਰਾਂ ਬਣਾ ਕੇ ਵੀ ਹੁੰਦੀਆਂ ਤੇ ਕੁਝ ਗੱਲਾਂ ਨਜ਼ਰਾਂ ਦੇ ਨਾਲ ਵੀ ਹੁੰਦੀਆਂ ਨਜ਼ਰਾਂ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਸਿੱਖ ਨਾਲ ਗੱਲ ਕਰਕੇ ਪੂਰੀ ਸਰਕਾਰ ਨੂੰ ਲਲਕਾਰ ਲਿਆ ਆਹ ਇੱਧਰ ਜਲਾਦ ਨੇ ਤਲਵਾਰ ਖਿੱਚੀ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਉਸ ਕਾਲ ਦੀ ਦਰਗਾਹ ਦੇ ਵਿੱਚ ਸਿਰ ਝੁਕਾਇਆ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੋ ਗਏ ਆ ਤੇ ਅੰਤਰ ਧਿਆਨ ਹੋ ਕੇ ਗੋਬਿੰਦ ਰਾਏ ਨੇ ਵੇਖ ਲਿਆ ਇਹ ਪਿਤਾ ਇਹ ਲੋਕ ਛੱਡ ਕੇ ਪਰਲੋਕ ਵਿੱਚ ਚਲੇ ਗਏ ਇਹ ਰੱਬ ਨੂੰ ਮਿਹਣਾ ਨਹੀਂ ਮਾਰਿਆ ਤੇ ਅਜੇ ਤੇ ਮੈਂ ਕੱਲ ਗੱਦੀ ਤੇ ਬੈਠਾ ਇਹ ਕੀ ਕੀਤਾ ਜੀ ਇਹ ਪਿਤਾ ਸਤਿਗੁਰੂ ਜੀ ਤੁਸੀਂ ਇਹੋ ਜਿਹਾ ਕਰਮ ਕੀਤਾ ਕੋਈ ਵਲੀ ਪੀਰ ਪੈਗੰਬਰ ਔਲੀਆ ਇਹ ਕਰ ਨਾ ਸਕਿਆ ਜੋ ਤੁਸੀਂ ਕੀਤਾ ਤੁਸੀਂ ਇੱਕ ਰਹਿਮ ਕੀਤਾ ਜੇ ਇੱਕ ਤਰਸ ਕੀਤਾ ਜੇ ਇਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੁਸੀਂ ਇੱਕ ਦੁਨੀਆਂ ਤੇ ਕਰਮ ਕਰ ਗਏ ਜੇ ਰੁੜਦਾ ਹੋਇਆ ਧਰਮ ਹਿੰਦੂਆਂ ਦਾ ਰੱਖ ਲਿਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਆਂਦੇ ਉਸ ਵੇਲੇ ਸ਼ਾਮਾਂ ਦਾ ਸਮਾਂ ਸੀ ਸੂਰਜ ਡੁੱਬਣ ਵਾਲਾ ਸੀ ਕਾਜ਼ੀਆਂ ਦੀਆਂ ਰਿਪੋਰਟਾਂ ਤੇ ਲਿਖਿਆ ਮਿਲਦਾ ਹੈ ਉਸ ਵੇਲੇ ਉਹਨਾਂ ਦੇ ਰੋਜ਼ ਨਾਮ ਤੇ ਦੱਸਦੇ ਆ ਵੀ ਦਿੱਲੀ ਦੀਆਂ ਸੜਕਾਂ ਉੱਤੇ ਤਾਜ਼ਾ ਚੂਨਾ ਪਿਆ ਸੀ ਬੜੀ ਤੇਜ਼ ਹਵਾ ਚੱਲੀ ਲੋਕ ਡਰ ਨਾਲ ਸਹਿਮੇ ਹੋਏ ਸੀ ਫਟਾਫਟ ਛੋਟ ਲੋਕਾਂ ਨੇ ਇਸ ਅਖਾੜੇ ਨੂੰ ਛੱਡਿਆ ਸਰਕਾਰ ਵਾਲੇ ਵੀ ਸਮਝ ਗਏ ਇਹ ਤੋਂ ਵੱਧ ਜੇਰਾ ਹੋਰ ਕੋਈ ਬੰਦਾ ਕਰ ਨਹੀਂ ਸਕਦਾ ਜਿਹੜਾ ਸਾਡੇ ਨਾਲ ਅੜੇਗਾ ਔਰ ਛੋਟਾ ਜਿਹਾ ਲਿਖ ਕੇ ਬੋਰਡ ਉੱਥੇ ਉਹਨਾਂ ਇੱਕ ਲਾਤਾ ਕਿ ਜਿਹੜਾ ਇਹਨਾਂ ਲਾਸ਼ਾਂ ਦੇ ਨਾਲ ਹਮਦਰਦੀ ਜਿਤਾਏਗਾ ਕੱਲ ਇਸੇ ਚੌਂਕ ਚੋਂ ਨੂੰ ਜਾਏ ਮੌਤ ਦਿੱਤੀ ਜਾਏਗੀ ਵਾਹਿਗੁਰੂ ਜਿਹੜੀਆਂ ਇਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੱਲ ਆਖੀ ਸੀ ਉਹ ਸਿੱਖ ਸੁਣ ਰਿਹਾ ਸੀ ਉਹਨੇ ਉਦਮ ਕੀਤਾ ਤੇ ਗੁਰੂ ਤੇਗ ਬਹਾਦਰ ਮਰਦ ਦਾ ਸੀਸ ਚੁੱਕ ਲਿਆ
ਇਹ ਮਦਦ ਉਹਦੀ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ। ਭੀੜ ਦੇ ਵਿੱਚ ਤੁਰਿਆ ਜਾ ਰਿਹਾ, ਉਹਦੇ ਨਾਲ ਇੱਕ ਮੋਢੇ ਨਾਲ ਮੋਢਾ ਡਾ ਕੇ ਹੋਰ ਸਿੱਖ ਜਾ ਰਿਹਾ, ਇਹਦਾ ਨਾਂ ਭਾਈ ਉਦਾ ਸੀ। ਆਂਦੇ ਦਿੱਲੀ ਦੇ ਪੁਰਾਣੇ ਬਾਜ਼ਾਰ ਵਿੱਚ ਇਹਨੂੰ ਦਿੱਲੀ ਦਰਵਾਜ਼ਾ ਦਿੱਲੀ ਦਰਵਾਜ਼ਾ ਕਿਹਾ ਜਾਂਦਾ ਹੈ। ਇੱਥੇ ਭਾਈ ਕਲਿਆਣੇ ਦੀ ਧਰਮਸ਼ਾਲਾ ਸੀ, ਜਿੱਥੇ ਗੁਰੂ ਨਾਨਕ ਸਾਹਿਬ ਦੇ ਵੀ ਚਰਨ ਪਏ ਤੇ ਤਕਰੀਬਨ 2.5 ਮਹੀਨੇ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਠਹਿਰੇ ਸਨ। ਇਹ ਭਾਈ ਕਲਿਆਣੇ ਦੀ ਧਰਮਸ਼ਾਲਾ ਸੀ। ਸਿੱਖਾਂ ਨੇ ਗੁਰੂ ਤੇਗ ਬਹਾਦਰ ਦਾ ਸੀਸ ਲਿਆ ਕੇ ਉੱਥੇ ਰੱਖ ਦਿੱਤਾ। ਇੱਧਰ ਉਸ ਗੱਲ ਦਾ ਰੌਲਾ ਪੈ ਗਿਆ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੋਏ ਸਨ, ਵੀ ਕੋਈ ਸਿੱਖ ਗੁਰੂ ਤੇਗ ਬਹਾਦਰ ਦਾ ਸੀਸ ਲੈ ਕੇ ਚਲੇ ਗਿਆ। ਇਹ ਸਰਕਾਰ ਵਾਲੇ ਸਮਝ ਗਏ ਵੀ ਜਿਹਨੇ ਸੀਸ ਚੁੱਕਿਆ ਉਹਨੇ ਆਨੰਦਪੁਰ ਜਾਣਾ ਵਾ। ਘੋੜ ਸਵਾਰ ਪੁਲਿਸ ਜਿਹੜੀ ਆ ਉਹ ਲੱਭਣ ਤੁਰ ਪਈ ਆ। ਇੱਧਰ ਉਹ ਗੁਰੂ ਤੇਗ ਬਹਾਦਰ ਦਾ ਸਿੱਖ ਜਿਹਨੂੰ ਮਹਾਰਾਜ ਹੁਕਮ ਲਾ ਕੇ ਗਏ ਸੀ, ਉਹਦਾ ਨਾਂ ਸੀ ਭਾਈ ਜੈਤਾ। ਸਿੱਖਾਂ ਨੇ ਉਹਦੇ ਹੱਕ ਵਿੱਚ ਅਰਦਾਸ ਕਰ ਦਿੱਤੀ। ਬੰਦਾ ਹਾਰਦਾ ਕਦੋਂ ਆ? ਜਦੋਂ ਆਉਂਦਾ ਵੀ ਮੈਂ ਆਪਣੇ ਬਲ ਨਾਲ ਸਭ ਕੁਝ ਕਰ ਰਿਹਾ। ਇਸ ਬਾਣੀ ਦੇ ਰਚਨਹਾਰ ਬਾਣੀ ਦੇ ਸੰਪਾਦਕ ਗੁਰੂ ਅਰਜਨ ਸਾਹਿਬ ਨੂੰ ਕਿਸੇ ਨੇ ਪੁੱਛਿਆ, ਮਹਾਰਾਜ ਜੀ ਇਹ ਬਾਣੀ ਤੁਸੀਂ ਰਚੀ ਆ? ਉਹਨਾਂ ਆਖਿਆ, ਮੈਂ ਤੇ ਬੋਲਣਾ ਨਹੀਂ ਜਾਣਦਾ, ਤੁਸੀਂ ਕੀ ਪੁੱਛਦੇ ਜੇ? ਉਹ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਏ ਜੀ ਹੁਕਮਾਏ ਜੀਓ। ਬੰਦਾ ਹਾਰਦਾ ਉਦੋਂ ਜਦੋਂ ਆਉਂਦਾ ਮੈਂ ਆਪਣੇ ਬਲ ਨਾਲ ਤੁਰ ਰਿਹਾ। ਜਦੋਂ ਆਉਂਦਾ ਨਾ, ਹੇ ਅਕਾਲ ਪੁਰਖ ਵਾਹਿਗੁਰੂ, ਜੋ ਕੁਝ ਕਰ ਰਿਹਾ ਮੈਂ ਤੇਰੀ ਮਿਹਰ ਦੇ ਨਾਲ ਕਰ ਰਿਹਾ। ਫਿਰ ਉਹਨੂੰ ਕੋਈ ਦੁਨੀਆਂ ਵਿੱਚ ਬੰਦਾ ਹਰਾਉਣ ਵਾਲਾ ਪੈਦਾ ਨਹੀਂ ਹੋਇਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸਿੱਖ ਆਂਦੇ ਫਟੀਆਂ ਪੁਰਾਣੀਆਂ ਲੀਰਾਂ ਦੇ ਵਿੱਚ ਗੁਰੂ ਤੇਗ ਬਹਾਦਰ ਦਾ ਸੀਸ ਲਪੇਟ ਲਿਆ, ਕਿਉਂਕਿ ਗਰੀਬ ਬੜਾ ਸੀ। ਤੁਰ ਲੱਗਾ ਤੇ ਪੈਰਾਂ ਚ ਜੋੜਾ ਲਾ ਤਾ ਕਿ ਜੇ ਜੋੜਾ ਪਾਉਂਦਾ ਨਾ ਪੈਰਾਂ ਵਿੱਚ ਤੇ ਗੁਰੂ ਦੇ ਸੀਸ ਦਾ ਅਦਬ ਨਹੀਂ ਰਹੇਗਾ। ਭਾਈ ਗੁਰੂ ਸ਼ਰਧਾ ਬਿਆੜੀ ਪਿਆਰੀ ਚੀਜ਼ ਹੈ। ਇਹ ਸ਼ਰਧਾ ਨਾ ਹੋਵੇ ਨਾ ਤੇ ਬੰਦਾ ਗਿਆਨ ਮੇਰਾ ਹੰਕਾਰ ਹੋ ਜਾਂਦਾ। ਤੇ ਜੇ ਗਿਆਨ ਨਾ ਹੋਵੇ, ਇਕੱਲੀ ਸ਼ਰਧਾ ਹੀ ਹੋਵੇ, ਫਿਰ ਵੀ ਬੰਦਾ ਖੂਹ ਖਾਤੇ ਚ ਪੈਂਦਾ ਜੀ। ਉਹ ਬੜਾ ਭਾਰੀ ਗਿਆਨਵਾਨ ਸੀ ਤੇ ਬੜਾ ਸ਼ਰਧਾਵਾਨ ਸੀ। ਤੁਰਨ ਲੱਗਾ, ਪੈਰਾਂ ਚੋਂ ਜੋੜਾ ਲਾ ਤਾ। ਹੁਣ ਜਿਹੜੇ ਰਾਹ ਵਾ ਆਨੰਦਪੁਰ ਦੇ, ਉਹ ਤੇ ਸਾਰੇ ਪੁਲਿਸ ਨੇ ਰੋਕੇ ਆ, ਮੰਨਣਗੇ ਉਹ ਸਿੱਖ ਨੂੰ ਜਿਹੜਾ ਗੁਰੂ ਤੇਗ ਬਹਾਦਰ ਦਾ ਸੀਸ ਲੈ ਕੇ ਆਨੰਦਪੁਰ ਨੂੰ ਜਾ ਰਿਹਾ, ਜਿਹਨੂੰ ਅਸੀਂ ਡਾਂਡੇ ਮੀਂਡੇ ਕਹਿੰਦੇ ਹਾਂ ਨਾ, ਸਾਰੇ ਰਾਹ ਛੱਡ ਕੇ ਪੰਗ ਡੱਡੀ ਉਹਨੂੰ ਡਾਂਡੇ ਮੀਂਡੇ ਕਹਿੰਦੇ। ਉਹ ਰਾਹ ਭਾਈ ਜੈਤੇ ਨੇ ਫੜ ਲਿਆ। ਸਤਿਗੁਰੂ ਕੋਈ ਪੱਤਾ ਵੀ ਹਿਲਦਾ ਨਾ ਤੇ ਸ਼ੱਕ ਪੈਂਦਾ ਕੋਈ ਸਰਕਾਰੀ ਬੰਦਾ ਨਾ ਹੋਵੇ। ਰੋਟੀ ਤੇ ਇਸ ਹਾਲਤ ਚ ਮਿਲਣੀ ਨਹੀਂ ਸੀ, ਕਿਉਂਕਿ ਜੋ ਰੋਟੀ ਕਿਸੇ ਕੋ ਮੰਗਦਾ ਉਹਨੇ ਪੁੱਛਣਾ ਤੇਰੇ ਕੋਲ ਕੀ ਆ। ਉਹ ਕੋ ਕੀਮਤੀ ਇੰਨੀ ਚੀਜ਼ ਸੀ, ਉਹ ਵੀ ਕਿਸੇ ਨਾਲ ਸਾਂਝੀ ਨਹੀਂ ਸੀ ਕਰ ਸਕਦਾ, ਉਹ ਭੇਦ ਨਹੀਂ ਸੀ ਖੋਲਣਾ ਚਾਹੁੰਦਾ। ਆਂਦੇ ਸਾਰਾ ਸਰੀਰ ਸਾਰਾ ਪੇਟ ਭੁੱਖ ਨਾਲ ਭੁੱਖ ਕੇ ਲੱਕ ਨਾਲ ਲੱਗ ਗਿਆ, ਪਰ ਉਹਨੇ ਸਿਮਰਨ ਕਰਕੇ ਬੜਾ ਉਰਜਿਆ। ਐਸਾ ਵਿਖੜਾ ਤੇ ਵਿਸ਼ਵਾਰ ਪੈਂਦਾ ਤੈਅ ਕਰਦਾ ਆ। ਜਦੋਂ ਆਨੰਦਪੁਰ ਸਾਹਿਬ ਦੇ ਕੋਲ ਪਹੁੰਚਾ, ਇਹਨਾਂ ਰਸਤਿਆਂ ਤੇ ਹੁੰਦਾ ਜਿਸ ਪਾਵਨ ਸਥਾਨ ਤੇ ਤੁਸੀਂ ਭਾਗਾਂ ਵਾਲੇ ਉਹ ਬੈਠੇ ਜੇ, ਦਰਸ਼ਨ ਕਰ ਰਹੇ ਜੇ ਗੁਰੂ ਤੇਗ ਬਹਾਦਰ ਸਾਹਿਬ ਦਾ, ਉਹ ਵੱਜ ਚੁੱਕੇ ਆ, ਪਰ ਅਜੇ ਸੰਗਤਾਂ ਦੇ ਰਾਹ ਭਰੇ ਤੁਰੇ ਆਉਂਦੇ ਆ। ਮੈਂ ਮੈਨੇਜਰ ਸਾਹਿਬ ਦਾ ਵੀ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਇਸ ਪਾਵਨ ਸਥਾਨ ਦੇ ਸਾਨੂੰ ਦਰਸ਼ਨ ਕਰਵਾਏ ਆ। ਗੁਰੂ ਕਿਰਪਾ ਕਰੇ, ਇਹਨਾਂ ਰਸਤਿਆਂ ਤੋਂ ਲੰਘਦੇ ਹੋਏ ਇਸ ਪਾਵਨ ਜਗ੍ਹਾ ਦੇ ਉੱਤੇ ਠਹਿਰ ਕੇ ਭਾਈ ਜੈਤਾ ਜੀ ਤੁਰਿਆ ਜਾ ਰਿਹਾ, ਇਹਦਾ ਮੰਜ਼ਿਲ ਬੜੀ ਬਸ਼ਵਾਰ ਆ। ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਨੰਦਪੁਰ ਗੋਬਿੰਦ ਰਾਏ ਦੇ ਕੋਲ ਜਾਣਾ, ਜਿਹੜੀ ਹੋਣੀ
मनुख दा राह रोकदी सी ओ होनी रस्ता छड के परा हो गई। अत श्री अकाल आंदे आनंदपुर साहब दे लागे पहुंच गया और उनकी हिम्मत नहीं रह गई, एक रुख दे नाल ढो ला के बह गया। कोई रस्ते चो राही लंघ रहा सी, भाई जैते ने पुछया राही जान वालिया इथों आनंदपुर किड्डी क दूर आ। उन्हें वेख्या पिंजर वर्गा मनुख वा, पैरा तो नंगा फटिया पुराणिया कपड़िया विच कोई लपेटिया आनंदपुर का राह पुछ रहा। उन्हें आख्या तू कौन आ? उन्हें आख्या मैं गुरु का सिख हाँ। तेरे कोल की आ? थक पिया कोई सरकारी बंदा ना हो। उन्हें आख्या मेरे को गुरु की भेटा वा। उन्हें आख्या गलत बात है, जब को गुरु की भेटा होंगी है ना वो तो मसंदा नू नाल लेके आउंदा। वो बड़ा भारी ज्ञानवान सी, उन्हें आख्या मसंदा नू ओ नाल लेके आउंदे आ इन्हां दी गुरु दे नाल सीधी जान पछाण ना होवे। मेरी ते गुरु नाल सीधी जान पछाण आ, मैं मसंदा नू विच नहीं पाउंदा। उन्हें आख्या फिर तू आनंदपुर जाना के गोबिंद राय नू मिलना। उन्हें आख्या मैं गोबिंद राय नू मिलना। उन्हें आख्या फिर गोबिंद राय आनंदपुर नहीं। जदों उन्हें आख्या ना गोबिंद राय आनंदपुर नहीं, भाई जेता हैरान हो गया कि शायद मेरा गुरु ने इम्तिहान होर करना करता, मैं ते बहुता तुर नहीं सकना। पर जिन्ने को ने साह दिते आ उन्ना कते चलूंगा, जदों मेरे साह मोके फिर ओदा काम आप जाने। जदों उन्हें पूछा भी तू आनंदपुर जाना के गोबिंद राय नू मिलना, उन्हें आख्या मैं गोबिंद राय नू मिलना। उन्हें आख्या फिर कीरतपुर साहब आके महाराज बह गए। एक गल नू कोई जान नहीं सकिया। जदों आपां आनंदपुर साहब तो दिल्ली वल नू तुरदे आ ना, सत मील पैंडा तय करके आ जाइए ना ते कीरतपुर साहब आ जांदा। अपने सिख की श्रद्धा वेख के ये आंदा ना भी मैं अपने बल ना तुरिया होना ते शायद महाराज आनंदपुर तो परा होर चले जाते। और वह सिख की श्रद्धा वेख के सत मील पैंडा अपने सिख का गुरु ने घटाता अगे वह लैन आ गए। जो उन्हें आख्या ना वह कीरतपुर साहब आके दवान लाया जी। जदों किसी नूं पता लग जाए भी ओ मेरा पिंड आ गया, उहदा अद्धा थकेवां ते उतरा लै जांदा। तो बड़ा उदम करके उठिया, पहुंच गया दरवाजे ते, बड़ी भीड़ लगी हुई सी क्योंकि जदों किसी नूं पद मिलदा कोई पदवी मिलदी आ उदों खुशी ते हुंदी आ ना। परिवार ने बड़ी खुशी मनाई, सिखां ने बड़े तोहफे भेंट कीते। एक तोहफा हिंदुस्तान दे शख्शी बादशाह ने गुरु गोबिंद सिंह नूं भेजिया। जिस वेले आंदे दरवाजे ते गया ना, इस तों खस्ता हालत होर किसे दी वी नहीं सी क्योंकि कईआं दिनां दा तुरिया सी, अटे पुराने कपड़े सन। आंदे जदों गेट ते जाके दरबार नूं आख्या कि मैनूं अंदर जाण दित्ता जाए, उन्हें आख्या बिलकुल नहीं। उन्हें आख्या जिहड़े कल दे खलोते आ इन्हां दी वारी नहीं आई, तू किस तरह चल जाएगा। उन्हें आख्या मेरे को गुरु की भेटा, मैं ज्यादा चिर ठह नहीं सकना, मैं तेरी गल नहीं सुनता, तू मेरी जाके गुरु नूं गल सुना दे। इन्ना चिर नूं अंतर ध्यान होके कलगी वाले पातशाह ने वेख लिया कि सानू सिख कोई मिलने वास्ते बाहर दरवाजे ते आ गया। एक बाहरों दरबान अंदर नूं जा रहा, अंदरों गुरु कलगी धर पातशाह महाराज एक सिख नूं जैते नूं लैण वास्ते भेज रहे। जस आंदे भाई जैते ने छाती नाल गंढ लाई आ, दरबान नूं ऐं लगा भी जिस तरह कोई बंदा मर गया होवे। उन्हें जाके हिला के आख्या सिखा तेनू गुरु ने बुला लिया। जदों गुरु नूं मिलण दी किसे दी वारी आ जाए
ਉਹਦੇ ਵਿੱਚ ਫਿਰ ਸਾਹ ਕਿਉਂ ਨਾ ਪੈ ਜਾਣਾ। ਉਹ ਤੂੰ ਕਰਕੇ ਉੱਠਿਆ, ਉਹਨੇ ਆਖਿਆ ਲਿਆ ਆ ਭਾਰ ਮੈਨੂੰ ਆਪਣਾ ਤੂੰ ਚੁਕਾ ਲਾ। ਉਹਨੇ ਆਖਿਆ ਨਹੀਂ, ਮੇਰਾ ਰਸਤਾ ਛੱਡ ਦੇ, ਮੈਂ ਆਪਣਾ ਭਾਰ ਕਿਸੇ ਨੂੰ ਨੀ ਚੁਕਾਉਂਦਾ। ਮੈਨੂੰ ਗੁਰੂ ਨੇ ਕਿਸੇ ਦਾ ਭਾਰ ਚੁੱਕਣਾ ਸਿਖਾਇਆ। ਤੁਰਿਆ ਜਾ ਰਿਹਾ ਭਾਈ ਜੇਤਾ, ਬੜੀ ਭੀੜ ਲੱਗੀ ਸੀ, ਬਿਲਕੁਲ ਦਰਬਾਰ ਦੇ ਸਾਹਮਣੇ ਆ ਗਿਆ। ਇੱਧਰ ਕਲਗੀਧਰ ਪਾਤਸ਼ਾਹ ਮਹਾਰਾਜ ਤਖ਼ਤ ਉੱਠ ਪਏ। ਜਿਹੜੀ ਗੱਲ ਆਖੀ ਸੀ ਨਾ ਮਾਰ ਨੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ, ਕਰੋੜ ਪਰੇ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਛਾਤੀ ਨਾ ਆ ਕੇ ਲਾ ਲਿਆ। ਭਾਈ ਜੇਤੇ ਨੇ ਆਖਿਆ, ਮਹਾਰਾਜ ਤੁਸੀਂ ਉੱਠ ਪਏ ਜੇ ਲੈਣ ਆਏ ਜੇ, ਇਹ ਵੱਡੀਆਂ ਵੱਡੀਆਂ ਜਾਤਾਂ ਵਾਲੇ ਇਹਨਾਂ ਧਰਨਾ ਨਾਰਾਜ਼ ਹੋ ਜਾਣਾ ਜੇ ਮੈਂ ਤੁਹਾਡੇ ਦਰਬਾਰ ਦੀ ਭੇਟਾ ਲੈ ਕੇ ਆਵਾਂ ਜੋ ਹੁਕਮ ਕਰੋ ਤੇ ਗਾਹ ਆਵਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਖ਼ਤ ਉੱਠ ਕੇ ਆਪਣੇ ਸਿੱਖ ਨੂੰ ਛਾਤੀ ਦੇ ਨਾਲ ਲਾ ਲਿਆ। ਜਿਹੜੇ ਵੱਡੇ ਵੱਡੇ ਜਾਤਾਂ ਵਾਲੇ ਲੋਕ ਸੀ ਉਹਨਾਂ ਦੇ ਮਾਣ ਟੁੱਟ ਰਹੇ ਸਨ ਕਿ ਮਹਾਰਾਜ ਇਹ ਦਰਬਾਰ ਵਿੱਚ ਮੋਹਰਾਂ ਸ਼ਰਫੀਆਂ ਹੀਰੇ ਜਵਾਹਰ ਰਾਤ ਲੈ ਕੇ ਆਉਂਦੇ ਆ। ਇਹ ਮਹਾਰਾਜ ਕਹਿੰਦੇ ਪਏ ਉਹ ਖਜ਼ਾਨੇ ਚ ਪਾ ਦਿਓ, ਲੰਗਰ ਸੁੱਟ ਦਿਓ। ਇਸ ਸਿੱਖ ਦੀ ਭੇਟਾ ਦਾ ਇੰਨਾ ਅਦਬ ਗੁਰੂ ਨੇ ਕੀਤਾ। ਉਸ ਵੇਲੇ ਵੱਡੀਆਂ ਵੱਡੀਆਂ ਜਾਤਾਂ ਦੇ ਮਾਣ ਟੁੱਟ ਰਹੇ ਸਨ। ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਅਸੀਸ ਲੈ ਕੇ ਭਾਈ ਜੇਤਾ ਗਿਆ, ਮਾਤਾ ਗੁਜਰੀ ਜੀ ਵੀ ਉਸ ਵੇਲੇ ਮੌਜੂਦ ਸਨ। ਮਾਤਾ ਗੁਜਰੀ ਜੀ ਨੇ ਆਖਿਆ, ਭਾਈ ਜੇਤਾ ਜੀ ਕੀ ਲੈ ਕੇ ਆਏ ਜੀ? ਮਾਤਾ ਜੀ ਤੁਹਾਡੀ ਅਮਾਨਤ ਲੈ ਕੇ ਆਇਆ। ਇੱਧਰੋਂ ਮਾਤਾ ਜੀ ਨੇ ਝੋਲੀ ਕੀਤੀ ਤੇ ਉੱਧਰੋਂ ਗੋਬਿੰਦ ਰਾਏ ਨੇ ਝੋਲੀ ਕਰ ਲਈ ਤੇ ਤੱਕ ਬੰਨ ਕੇ ਆਪਣੇ ਬਾਪੂ ਦੇ ਸੀਸ ਵੱਲੇ ਵੇਖ ਕੇ ਆਖਿਆ, ਇਹ ਮੈਨੂੰ, ਮੈਂ ਗੱਦੀ ਤੇ ਬੈਠਾ ਨਾ, ਗੁਰੂ ਨਾਨਕ ਦੀ ਗੱਦੀ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ, ਤੁਸੀਂ ਮੇਰੇ ਵਾਸਤੇ ਤੋਹਫੇ ਲੈ ਕੇ ਆਏ ਜੇ? ਇੱਕ ਤੋਹਫਾ ਮੈਨੂੰ ਹਿੰਦੁਸਤਾਨ ਦੇ ਸ਼ਖਸੀ ਬਾਦਸ਼ਾਹ ਨੇ ਭੇਜਿਆ, ਇਹਨੂੰ ਰਜਾ ਤੇ ਹੁਕਮ ਆਂਦੇ। ਗੱਲ ਇੱਥੋਂ ਸ਼ੁਰੂ ਹੋਈ ਸੀ ਕਿ ਜੋ ਉਹ ਦਿੰਦਾ ਨਾ ਅਕਾਲ ਪੁਰਖ, ਉਹ ਜੇ ਝੋਲੀ ਅੱਡ ਕੇ ਲੈ ਲਈਏ ਤੇ ਉਹਦੇ ਵਿੱਚ ਫਿਰ ਕਿੰਨਾ ਸੁੱਖ ਹੁੰਦਾ। ਇਹ ਨਹੀਂ ਆਖਿਆ ਕਿ ਜਿੱਥੇ ਮੈਂ ਕੱਲ ਗੱਦੀ ਤੇ ਬੈਠਾ ਸਾਂ, ਇਹ ਕੀ ਕੀਤਾ ਜੀ? ਉਹਦਾ ਧੰਨਵਾਦ ਤੇ ਸ਼ੁਕਰਾਨਾ ਕੀਤਾ ਕਲਗੀਧਰ ਪਾਤਸ਼ਾਹ। ਭਾਈ ਜੇਤੇ ਨੂੰ ਕਹਿਣ ਲੱਗੇ, ਭਾਈ ਜੇਤਿਆ, ਕਦੋਂ ਇਹ ਘਟਨਾ ਵਾਪਰੀ ਸੀ? ਕੋਈ ਦਿੱਲੀ ਵਿੱਚ ਹੋਰ ਨਹੀਂ ਸੀ? ਮਹਾਰਾਜ ਸਿੱਖ ਤੇ ਬੜੇ ਸੀ ਪਰ ਕਿਸੇ ਦੀ ਕੋਈ ਪਛਾਣ ਨਹੀਂ ਸੀ ਆ ਰਹੀ। ਮੈਂ ਹੁਣ ਇਹੋ ਜਿਹਾ ਸਿੱਖ ਸਾਜੂੰਗਾ ਜਿਹੜਾ ਲੱਖਾਂ ਵਿੱਚ ਆਪਣੀ ਪਛਾਣ ਆਪ ਹੋਏਗਾ।